ਕੇਮ ਸਾਹਿਬ ਮੈਂ ਸਦਕੇ ਜਾਵਾਂ ਉਹ ਮਾਂ ਦੇ ਵੀ ਜਿਹਨੇ ਤੁਹਾਨੂੰ ਜਨਮ ਦਿੱਤਾ ਤੁਹਾਡੇ ਪੇਰੈਂਟਸ ਦੇ ਵੀ ਸਾਨੂੰ ਮਾਣ ਆ ਕਿਉਂਕਿ ਜਦੋਂ ਦੇ ਅਸੀਂ ਵੇਖਣ ਡਿਆ ਤੁਸੀਂ ਸਿੱਖ ਦੇ ਨਾਲ ਜੁੜ ਕੇ ਤੇ ਤੁਸੀਂ ਹਮੇਸ਼ਾ ਸਿੱਖੀ ਦੀ ਗੱਲ ਕਰਦੇ ਜੇ ਤੁਸੀਂ ਇਹ ਤੁਹਾਡਾ ਮਿਸ਼ਨ ਇਹ ਸਾਰਾ ਇੱਕ ਮਿਸ਼ਨ ਹੈ ਕਿ ਸਿੱਖੀ ਕਿੱਦਾਂ ਵਧੇ ਫੁੱਲੇ ਮੈਂ ਤੁਹਾਡੇ ਪ੍ਰੋਗਰਾਮ ਬੜੇ ਅਟੈਂਡ ਕੀਤੇ ਬੱਚਿਆਂ ਦੇ ਕਮਿਊਨਿਟੀ ਦੇ ਵਿੱਚ ਵੀ ਵੱਖ ਵੱਖਰੇ ਜਗ੍ਹਾ ਤੇ ਕਿ ਤੁਸੀਂ ਕਿਸ ਤਰ੍ਹਾਂ ਇਹ ਸਿੱਖੀ ਪ੍ਰਫੁੱਲਤ ਕਰ ਰਹੇ ਜੇ ਸਾਲ ਦੇ ਬੱਚਿਆਂ ਦੇ ਦੇਖੇ ਇਹਨਾਂ ਦੇ ਕੇਮ ਹੁਣਾਂ ਦੇ ਨੌਜਵਾਨਾਂ ਦੇ ਮੈਂ ਹੈਰਾਨ ਹੋ ਗਿਆ ਉਹ ਵੱਖਰਾ ਗਰੁੱਪ 10 ਸਾਲ ਦੇ ਏਜ ਦੇ ਬੱਚਿਆਂ ਦਾ ਲਖਵੀਰ ਸਿੰਘ ਜੀ ਵੱਖਰਾ ਗਰੁੱਪ ਉਹ ਤੋਂ ਵੱਡਿਆਂ ਦਾ ਵੱਖਰਾ ਗਰੁੱਪ ਇੰਨੀ ਹਰਿਆਲੀ ਆ ਮੈਨੂੰ ਇਹ ਤੁਹਾਡੇ ਤੇ ਪਹਿਲਾਂ ਵੀ ਮਾਣ ਸੀ ਕਿ ਇਹ ਗੁਰੂ ਨਾਨਕ ਦੀ ਬਖਸ਼ਿਸ਼ ਤੋਂ ਬਿਨਾਂ ਕੁਛ ਨਹੀਂ ਹੋ ਸਕਦਾ ਪਰ ਜਿਹੜਾ ਤੁਸੀਂ ਧੰਨਵਾਦ ਕੀਤਾ ਇਹਦੇ ਨਾਲ ਸਾਡਾ ਹੌਸਲਾ ਵਧਿਆ ਵਾ ਅਸੀਂ ਸੋਚਿਆ ਜੇ ਇੱਥੇ ਪ੍ਰੋਗਰਾਮ ਨਹੀਂ ਹੋ ਸਕਿਆ ਲੰਡਨ ਦੇ ਵਿੱਚ ਤੇ ਬੇਸਿਕ ਆਫ ਸਿੱਖੀ ਜਿਹੜਾ ਵਾ ਇਹ ਸਾਰੇ ਬਣਦਾ ਇੱਕ ਸਾਂਝਾ ਏਡਾ ਵੱਡਾ ਇੱਕ ਪ੍ਰਸ਼ਾਦ ਆ ਇਹਨੂੰ ਇੱਕ ਪ੍ਰਸ਼ਾਦ ਦੇ ਤੌਰ ਤੇ ਆ ਇੱਕ ਗੱਫਾ ਸਾਨੂੰ ਨਾਨਕ ਨੇ ਦਿੱਤਾ ਤੇ ਅਸੀਂ ਦਿਲ ਤੋਂ ਅਰਦਾਸ ਕਰਦੇ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਹੀ ਮਾਲਕ ਤੰਦਰੁਸਤੀ ਦੀ ਦਾਤ ਬਖਸ਼ੇ ਜਿੰਨਾ ਤੁਸੀਂ ਰਾਜ ਨੇ ਸਿੱਖੀ ਦਾ ਪ੍ਰਚਾਰ ਕਰ ਰਹੇ ਜੇ ਕਿੰਨੀ ਟੈਕਨੋਲੋਜੀ ਦੇ ਨਾਲ ਤੁਸੀਂ ਸਿੱਖੀ ਦਾ ਪ੍ਰਚਾਰ ਜਿਹੜਾ ਕਰ ਰਹੇ ਜੇ ਵੇਖੋ ਖੁਸ਼ੀ ਦੇ ਵਿੱਚ ਹੱਸ ਰਿਹਾ ਕਿ ਸਾਡੀ ਜਿਹੜੀ ਖੁਸ਼ ਆ ਕਿ ਕਿਸੇ ਨਾ ਕਿਸੇ ਨੇ ਸਲਾਹ ਆ ਸੋ ਬਹੁਤ ਵਧੀਆ ਗੱਲ ਹੈ ਕਿ ਸਰ ਜੀ ਹੋਰ ਕੋਈ ਚੀਜ਼ ਜਿਹੜੀ ਮੇਰੇ ਕੋਲ ਨਾ ਪੁੱਛੀ ਗਈ